मीडियम वेव 343.6 मीटर 873 किलो हर्ट्स ते असी आकाशवाणी दे जलंधर केंद्र तो बोल रहे हैं। पेश है जी प्रोग्राम खेतीबाड़ी। किसान दोस्तों जय हिंद। किसान दोस्तों पालक वैसे तो सर्दी रुत दी फसल है पर इहदी काश्त जिहड़ी है आपां सारा साल कर सकदे हां और हर तरह की जमीन दे विच इहदी काश्त की जा सकती है पर रेतली मैरा जमीन जिहदी पीएच 7 होवे उह ज्यादा ढुकवीं दे लई मन्नी जांदी। जिथों तक गल किस्म दी है साडे कोल पंजाब ग्रीन किस्म है, बूटे अध खड़मे है, पत्ते चमकदार गूढ़े हरे, मोटे लम्बे मिठे रसीले खटाई रहत है, तने ते मध्यम जिहा जामनी रंग भी हो सकता है। ਇਹ ਕਿਸਮ ਦੀ ਕਟਾਈ ਲਈ ਬਿਜਾਈ ਤੋਂ 30 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ। ਔਸਤ ਪੈਦਾਵਾਰ ਲਗਭਗ ਕੋਈ 125 ਕੁਇੰਟਲ ਫੀ ਏਕੜ ਹੈ ਔਰ ਇਹਦਾ ਨਿਸਾਰਾ ਦੇਰ ਬਾਅਦ ਪੈਂਦਾ ਹੈ। ਇਹਦੇ ਚ ਆਕਸੈਲਿਕ ਐਸਿਡ ਨਾਂ ਦਾ ਮਾਦਾ ਜੋ ਕਿ ਪੱਥਰੀ ਪੈਦਾ ਕਰਦਾ ਉਹ ਘੱਟ ਹੁੰਦਾ ਹੈ। ਬਾਕੀ ਵੀ ਸਮਾਂ ਬੜਾ ਢੁਕਵਾਂ ਹੈ ਕਿਉਂਕਿ ਅਪ੍ਰੈਲ ਤੱਕ ਇਹਦੀ ਕਾਸ਼ਤ ਆਪਾਂ ਕਰ ਸਕਦੇ ਹਾਂ। ਆਮ ਤੌਰ ਤੇ ਪਾਲਕ ਦੀ ਕਾਸ਼ਤ ਸਾਰਾ ਸਾਲ ਹੀ ਆਪਾਂ ਕਰਨੇ ਆ ਤੇ ਬਾਕੀ ਜਿੱਥੋਂ ਤੱਕ ਬੀਜ ਦੀ ਗੱਲ ਹੈ 10 ਤੋਂ ਲੈ ਕੇ 15 ਕਿਲੋ ਬੀਜ ਜਿਹੜਾ ਹੈ ਉਹ ਆਪਾਂ ਫੀ ਏਕੜ ਦੇ ਹਿਸਾਬ ਵਰਤਣਾ ਹੈ ਤੇ ਕਤਾਰਾਂ ਦੇ ਵਿੱਚ 20 ਸੈਂਟੀਮੀਟਰ ਫਾਸਲਾ ਰੱਖ ਕੇ ਬੀਜ ਜਿਹੜਾ ਕੋਈ 3-4 ਸੈਂਟੀਮੀਟਰ ਡੂੰਘਾ ਬੀਜਣਾ ਹੈ। ਜਿਹੜੀਆਂ ਲੋੜਾਂ ਹੈ 10 ਟਨ ਗੋਹੇ ਦੀ ਰੂੜੀ ਦੇ ਨਾਲ 35 ਕਿਲੋ ਨਾਈਟ੍ਰੋਜਨ ਕਹਿਣ ਦਾ ਭਾਵ ਕਿ 75 ਕਿਲੋ ਯੂਰੀਆ, 12 ਕਿਲੋ ਫਾਸਫੋਰਸ, 75 ਕਿਲੋ ਸੁਪਰ ਫਾਸਫੇਟ ਚੋਂ ਜਿਹੜਾ ਆਪਾਂ ਲੈਂਦੇ ਹਾਂ ਫੀ ਏਕੜ ਦੇ ਹਿਸਾਬ ਨਾਲ ਲੋੜੀਂਦਾ ਹੈ। ਰੂੜੀ ਦੀ ਖਾਦ, ਸੁਪਰਫਾਸਫੇਟ ਤੇ ਅੱਧੀ ਨਾਈਟ੍ਰੋਜਨ ਬਿਜਾਈ ਤੋਂ ਪਹਿਲਾਂ ਜ਼ਮੀਨ ਚ ਪਾਓ, ਰਹਿੰਦੀ ਜਿਹੜੀ ਨਾਈਟ੍ਰੋਜਨ 2 ਵਾਰੀ ਕਰਕੇ ਆਪਾਂ ਕਟਾਈ ਤੋਂ ਬਾਅਦ ਪਾਓ ਤੇ ਪਿੱਛੋਂ ਪਾਣੀ ਜ਼ਰੂਰ ਦੇ ਦਿਓ। ਜਿੱਥੋਂ ਤੱਕ ਪਾਣੀ ਦੀ ਗੱਲ ਹੈ ਪਹਿਲਾਂ ਪਾਣੀ ਬਿਜਾਈ ਤੋਂ ਫੌਰਨ ਬਾਅਦ ਲਾਓ, ਬਾਅਦ ਦੇ ਵਿੱਚ ਮੌਸਮ ਦੇ ਮੁਤਾਬਕ ਗਰਮੀਆਂ ਦੇ ਵਿੱਚ ਆਪਾਂ 4 ਤੋਂ ਲੈ ਕੇ ਕੁਛ 6 ਦਿਨ ਦਾ ਵਕਫਾ ਰੱਖਦੇ ਹਾਂ। ਔਰ ਗੱਲ ਹੈ ਕਿ ਫਸਲ ਬਿਜਾਈ ਤੋਂ ਕੋਈ 3-4 ਹਫ਼ਤੇ ਬਾਅਦ ਕਟਾਈ ਦੇ ਯੋਗ ਹੋ ਜਾਂਦੀ ਹੈ। ਕਿਸਮ ਤੇ ਮੌਸਮ ਦੇ ਅਨੁਸਾਰ ਬਾਅਦ ਦੀਆਂ ਕਟਾਈਆਂ ਜਿਹੜੀਆਂ ਕੋਈ 20 ਤੋਂ ਲੈ ਕੇ 25 ਦਿਨਾਂ ਬਾਅਦ ਆਪਾਂ ਕਰਨੀਆਂ ਤੇ ਗਰਮੀਆਂ ਦੇ ਵਿੱਚ ਇਹ ਖਾਸ ਧਿਆਨ ਰੱਖਣਾ ਹੈ ਕਿ ਇੱਕ ਹੀ ਕਟਾਈ ਜਿਹੜੀ ਆਪਾਂ ਲੈਣੀ। ਬਾਕੀ ਪੌਦਾ ਸੁਰੱਖਿਆ ਦੇ ਵਿੱਚ ਇਹ ਹੈ ਕਿ ਚੇਪਾ ਇਹਦੇ ਤੇ ਹਮਲਾ ਕਰਦਾ ਹੈ, ਛੋਟੇ ਛੋਟੇ ਪੀਲੇ ਰੰਗ ਦੇ ਕੀੜੇ ਪੱਤਿਆਂ ਦਾ ਰਸ ਚੂਸਦੇ ਹੈ ਤੇ ਪੱਤੇ ਵੱਟ ਕੇ ਖਾ ਜਾਂਦੇ ਹੈ। 20 ਏਕੜ ਦੇ ਹਿਸਾਬ ਨਾਲ 350 ਮੀਟਰ ਮੈਲਾਥਿਆਨ ਲੈਣੀ ਹੈ 50 ਈਸੀ, 80 ਲੀਟਰ ਪਾਣੀ ਚ ਪਾ ਕੇ ਕੀੜੇ ਨਜ਼ਰ ਆਉਣ ਤੇ ਆਪਾਂ ਛਿੜਕਾਅ ਕਰਨਾ ਹੈ ਕਿ ਛਿੜਕਾਅ ਤੋਂ ਫਿਰ 7 ਦਿਨ ਬਾਅਦ ਇਹਦੀ ਕਟਾਈ ਕਰਨੀ ਹੈ। ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈ। ਧੱਬਿਆਂ ਦਾ ਰੋਗ ਪੈਂਦਾ ਬਿਮਾਰੀਆਂ ਦੇ ਵਿੱਚ, ਛੋਟੇ ਛੋਟੇ ਗੋਲ ਧੱਬੇ ਜਿਨ੍ਹਾਂ ਦੇ ਕੇਂਦਰ ਚ ਸਲੇਟੀ ਤੇ ਕਿਨਾਰੇ ਲਾਲੀ ਤੇ ਹੁੰਦੇ ਆ, ਪੱਤਿਆਂ ਤੇ ਪੈ ਜਾਂਦੇ ਆ ਤੇ ਬਿਜਲੀ ਰੱਖੀ ਫਸਲ ਤੇ ਇਸ ਨਾਲ ਵਧੇਰੇ ਨੁਕਸਾਨ ਹੁੰਦਾ ਹੈ। ਬੀਜ ਵਾਲੀ ਫਸਲ ਤੇ 200 ਗ੍ਰਾਮ ਬਾਵਿਸਟਨ ਜਾਂ ਫਿਰ 600 ਗ੍ਰਾਮ ਇੰਡੋਫਿਲ M45 200 ਲੀਟਰ ਪਾਣੀ ਚ ਜਿਹੜਾ 20 ਏਕੜ ਦੇ ਥਾਂ ਤੇ ਇੱਕ 15 ਦਿਨਾਂ ਦੇ ਵਕਫੇ ਤੇ ਆਪਾਂ ਛਿੜਕਣਾ ਹੈ। 3 ਛਿੜਕਾਅ ਇਹਦੇ ਲਈ ਬਹੁਤ ਹੈ। ਸੋ ਵੀ ਇਹਦੇ ਨਾਲ ਜੇ ਬੀਜ ਉਤਪਾਦਨ ਦੀ ਆਪਾਂ ਗੱਲ ਕਰਦੇ ਆ ਤੇ ਉਹ ਵੀ ਆਪਾਂ ਜਿਹੜਾ ਹੈ ਕੰਮ ਕਰਦੇ ਰਹਿੰਦੇ ਆ ਤੇ ਧਿਆਨ ਇਹੀ ਰੱਖਣਾ ਹੈ ਕਿ ਕਿਸਮ ਜਿਹੜੀ ਹੈ ਆਪਣੇ ਕੋਲ ਇੱਕੋ ਹੀ ਹੈ ਪੰਜਾਬ ਗ੍ਰੀਨ, ਇਹ ਕਿਸਮ ਲੈਣੀ ਹੈ। ਸਮਾਂ ਬੜਾ ਉੱਤਮ ਹੈ, ਕਤਾਰਾਂ ਦੇ ਵਿਚਕਾਰ 20 ਸੈਂਟੀਮੀਟਰ ਫਾਸਲਾ ਤੇ 3 ਸੈਂਟੀਮੀਟਰ ਆਪਾਂ ਨੇ ਡੂੰਘਾ ਬੀਜ ਬੀਜਣਾ ਹੈ ਤੇ ਇਸ ਗੱਲ ਦੇ ਨਾਲ ਜਿਹੜਾ ਹੈ ਫਸਲ ਤੋਂ ਆਪਾਂ ਜ਼ਿਆਦਾ ਚੰਗਾ ਝਾੜ ਲੈ ਸਕਦੇ ਹਾਂ। ਬਾਕੀ ਕਿਸਾਨ ਦੋਸਤੋ ਹੁਣ ਸਮਾਂ ਹੋ ਰਿਹਾ, ਕੱਲ ਫੇਰ ਮਿਲਾਂਗੇ। ਆਗਿਆ ਦਿਓ, ਜੈ ਹਿੰਦ। ਸੀ ਜੀ ਪ੍ਰੋਗਰਾਮ ਖੇਤੀਬਾੜੀ, ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।